ਨਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ ਕਾਹੇ ਸ਼ੀ ਪੋਸ਼ਾਇ ਲੈ ਰਾਮ ਨਾ ਲਾਵੋ ਚੀਤ ਨਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ ਕਾਹੇ ਸ਼ੀ ਪੋਸ਼ਾਇ ਲੈ ਰਾਮ ਨਾ ਲਾਵੋ ਚੀਤ ਨਾਮ ਕਹ ਤਿ ਲੋਚਨਾ ਮੁਕਤੇ ਰਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ ਮਹਿਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੀ ਜਿਨ ਏ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਕਬੀਰ ਕੀਚੜ ਆਟਾ ਗਿਰ ਪਰਿਆ ਕਿਸੂ ਨਾ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਬਿਆ ਸਾਥ ਕਬੀਰ ਮਨ ਜਾਣੈ ਸਭ ਬਾਤ ਜਾਨਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੋਏ ਪਰੈ ਕਬੀਰ ਮਨ ਜਾਣੈ ਸਭ ਬਾਤ ਜਾਨਤ ਹੀ ਔਗਣ ਕਰੈ ਕਾਹੇ ਕੀ ਕੁਸਲਾਤ ਹਾਥ ਦੀਪ ਕੋਏ ਪਰੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਅਪਾਰ ਕਿਰਪਾ ਦੇ ਨਾਲ ਦਇਆ ਦੇ ਨਾਲ ਕਬੀਰ ਸਾਹਿਬ ਦੇ ਪਾਵਨ ਸ਼ਲੋਕਾਂ ਦੀ ਆਪਾਂ ਵਿਚਾਰ ਇੱਕ ਵਾਰ ਫਿਰ ਤੋਂ ਕਰਨ ਲੱਗੇ ਹਾਂ ਅੱਜ ਦੀ ਵੀਡੀਓ 43 ਨੰਬਰ ਹੈ ਜਿਹਦੇ ਵਿੱਚ ਕਬੀਰ ਸਾਹਿਬ ਦੇ ਇਹ 212 ਨੰਬਰ ਸ਼ਲੋਕ ਤੋਂ ਲੈ ਕੇ ਆਪਾਂ 200 ਸੋਲਾ ਨੰਬਰ ਸ਼ਲੋਕ ਲਏ ਹੈ ਇਹਨਾਂ ਪਾਵਨ ਸ਼ਲੋਕਾਂ ਦੇ ਵਿੱਚ ਜੋ ਕਬੀਰ ਸਾਹਿਬ ਨੇ ਦਇਆ ਕੀਤੀ ਹੈ ਉਹਦੇ ਨਾਲ ਆਪਾਂ ਵਿਚਾਰ ਕਰਨੀ ਹੈ ਸੋ ਸਭ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੀਰ ਸਾਹਿਬ ਦੇ ਜਿਹੜੇ ਇਹ ਪਾਵਨ ਸ਼ਲੋਕ ਹੈ ਜਿਹੜੇ ਪੰਜ ਸ਼ਲੋਕ ਆਪਾਂ ਲਏ ਅੱਜ ਉਹਨਾਂ ਦੇ ਵਿੱਚ ਕਬੀਰ ਸਾਹਿਬ ਨੇ ਸ਼ੁਰੂਆਤ ਬੜੀ ਪਿਆਰੀ ਕੀਤੀ ਹੈ ਸ਼ੁਰੂਆਤ ਉਹਨਾਂ ਨੇ ਕੀਤੀ ਹੈ ਜਿਸ ਤਰ੍ਹਾਂ ਭਗਤ ਤਰਲੋਚਨ ਜੀ ਭਗਤ ਨਾਮਦੇਵ ਸਾਹਿਬ ਨੂੰ ਕਹਿੰਦੇ ਐ ਜਿਵੇਂ ਦੋਸਤ ਨੇ ਆਪਸ ਵਿੱਚ ਤੇ ਕਹਿੰਦੇ ਐ ਕਿ ਐ ਨਾਮਦੇਵ ਤੂੰ ਇਦਾਂ ਵੀ ਜਿਵੇਂ ਨਾ ਤੂੰ ਸੰਸਾਰ ਦੇ ਕੰਮਾਂ ਵਿੱਚ ਹੀ ਰੁੱਝਿਆ ਹੋਇਆ ਸਿੱਖਿਆ ਦਿੱਤੀ ਇੱਕ ਬੜੀ ਪਿਆਰੀ ਤੂੰ ਆਪਣੇ ਕੰਮਾਂ 'ਚ ਲੱਗਾ ਰਿਨਾ ਰਾਤ ਦਿਨ ਤੂੰ ਰੱਬ ਵੱਲ ਨਹੀਂ ਜੁੜਦਾ ਅਗੋ ਨਾਮਦੇਵ ਸਾਹਿਬ ਬੜੀ ਪਿਆਰੀ ਗੱਲ ਕਰਦੇ ਐ ਨਾਮਦੇਵ ਸਾਹਿਬ ਕਹਿੰਦੇ ਨੇ ਐ ਮੇਰੇ ਦੋਸਤ ਮੇਰੇ ਮਿੱਤਰ ਤੁਲੋਚਨ ਭਗਤ ਮੇਰੇ ਯਾਰ ਮੇਰੇ ਦੋਸਤ ਮੇਰੇ ਪਿਆਰੇ ਮਿੱਤਰ ਅਸਲ ਦੇ ਵਿੱਚ ਮੇਰੀ ਮੇਰੀ ਸੋਚ ਇੱਜਾਂ ਤੇ ਇਦਾਂ ਦੀ ਨਹੀਂ ਹੈ ਮਕੀਨਾ ਤੇ ਹੱਥਾਂ ਦੇ ਨਾਲ ਕੰਮ ਕਰ ਕਰੋ ਵਿਲੇ ਨਹੀਂ ਬੈਣਾ ਲੇਕਿਨ ਚਿੱਤ ਪਰਮਾਤਮਾ ਨਾਲ ਲਾ ਕੇ ਰੱਖੋ ਹੁਣ ਦੇਖੋ ਇੱਥੇ ਫੋਕਸ ਦੀ ਗੱਲ ਆਉਂਦੀ ਹੈ ਇੰਗਲਿਸ਼ ਦਾ ਜਿਹੜਾ ਸ਼ਬਦ ਹੈ ਫੋਕਸ ਕਰਨਾ ਉਹ ਹੈ ਆਪਣਾ ਕੰਮ ਕਰ ਕਰੋ ਆਪਣੀ ਜ਼ਿੰਦਗੀ ਨੂੰ ਚਲਾਓ ਲੇਕਿਨ ਆਪਣਾ ਜਿਹੜਾ ਫੋਕਸ ਹੈ ਉਹ ਆਪਣੇ ਗੁਰੂ ਤੇ ਰੱਖੋ ਆਪਣਾ ਫੋਕਸ ਇੱਕ ਚੀਜ਼ ਉੱਤੇ ਰੱਖੋ ਜਦੋਂ ਤੱਕ ਹੁਣ ਕੈਮਰਾ ਹੈ ਇਹਦੇ ਵਿੱਚ ਇੱਕ ਫੋਕਸ ਦਾ ਆਪਸ਼ਨ ਹੁੰਦਾ ਉਹ ਤੁਹਾਡੇ ਉੱਤੇ ਫੋਕਸ ਕਰਦਾ ਜੇ ਮੈਂ ਹੁਣ ਇੱਧਰ ਜਾਣਾ ਜਾਂ ਮੈਂ ਇੱਧਰ ਜਾਣਾ ਉਹ ਜਿਹੜਾ ਫੋਕਸ ਹੈ ਇਹਦੇ ਵਿੱਚ ਆਪਸ਼ਨ ਉਹ ਆਪਣੇ ਆਪ ਇੱਕ ਡੱਬਾ ਬਣਿਆ ਉਹ ਉਤਰਿਆ ਜਾਂਦਾ ਇਦਾਂ ਇਹ ਤਾਂ ਵਿਚਾਰਾ ਕੈਮਰਾ ਅਸੀਂ ਇਨਸਾਨ ਪਰਮਾਤਮਾ ਨੇ ਸਾਡੇ ਵਿੱਚ ਬਹੁਤ ਕੁਝ ਪੈਦਾ ਕੀਤਾ ਮੇਰੇ ਮਾਲਕ ਨੇ ਕਿਹਾ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ yogੀਆਂ ਨੂੰ ਕਹੀ ਸੀ ਕਿ ਕਰੋ ਭਗਤੀ ਕਰੋ ਤੁਸੀਂ ਆਪਣੇ ਯੋਗਾਸਨ ਜੋ ਕਰਨਾ ਚਾਹੁੰਦੇ ਕਰੋ ਲੇਕਿਨ ਉਹਦੇ ਨਾਲ ਨਾਲ ਆਪਣੀ ਕਿਰਤਕਾਰ ਵੀ ਕਰੋ ਆਪਣਾ ਕੰਮਕਾਰ ਵੀ ਕਰੋ ਤੁਸੀਂ ਆ ਜਿਹੜਾ ਵਿਹਲੇ ਬੈਠੇ ਹੋ ਲਗੋਟੀਆਂ ਲਾ ਲਾ ਕੇ ਸ਼ਰੀਰ ਤੇ ਸੁਆਹ ਮਲਮਲ ਕੇ ਵਿਹਲੇ ਬੈਠੇ ਹੋ ਲੋਕਿਆਂ ਉਤੇ ਭਾਰ ਬਣੇ ਦੂਜਿਆਂ ਤੇ ਭਾਰ ਬਣੇ ਹੋ ਤੁਸੀਂ ਤੇ ਆਪ ਅਜੇ ਧਾਰਮਿਕ ਨਹੀਂ ਬਣੇ ਤੁਸੀਂ ਦੂਜਿਆਂ ਨੂੰ ਕੀ ਬਣਾਓਗੇ ਸਿੱਖ ਦਾ ਸਬੰਧ ਇਸ ਚੀਜ਼ ਨਾਲ ਬੜਾ ਡੂੰਘਾ ਹੋਣਾ ਚਾਹੀਦਾ ਫੋਕਸ ਫੋਕਸ ਕਰਨਾ ਜ਼ਿੰਦਗੀ ਦਾ ਹਰ ਇੱਕ ਕੰਮ ਕਰ ਲੇਕਿਨ ਫੋਕਸ ਆਪਣੇ ਗੁਰੂ ਤੇ ਰੱਖ ਹੁਣ ਮੈਂ ਇੱਕ ਬੜੀ ਪਿਆਰੀ ਤੁਹਾਨੂੰ ਨਾਲ ਗੱਲ ਕਹਿ ਲੱਗਾ ਇੱਕ ਦਿਨ ਸਵਾਲ ਆਇਆ ਮੈਨੂੰ ਕਿ ਲਾਵਾ ਫੇਰੇ ਜਿਹੜੇ ਐ ਉਹ ਅਸੀਂ ਬਹਿ ਕੇ ਕਿਉਂ ਨਹੀਂ ਸੁਣ ਸਕਦੇ ਉਹਨਾਂ ਦੇ ਪ੍ਰਕਰਮਾ ਕਰਨੇ ਕਿਉਂ ਜ਼ਰੂਰੀ ਜਿਹੜੀ ਹੈ ਪੰਥ ਨੇ ਮਿੱਥੀ ਜਾਂ ਗੁਰੂ ਸਾਹਿਬਾਨਾਂ ਨੇ ਮਿੱਥੀ ਮੇਰੇ ਮਾਈਂਡ ਵਿੱਚ ਇਹ ਗੱਲ ਆਈ ਕਿ ਮੈਂ ਇਸ ਤਰ੍ਹਾਂ ਇਹਨਾਂ ਨੂੰ ਸਮਝਾ ਸਕਦਾ ਮੈਂ ਇਹਨਾਂ ਨੂੰ ਕਿਹਾ ਪਿਆਰਿਓ ਜਿਹੜੀਆਂ ਚਾਰ ਲਾਵਾਂ ਨੇ ਇੱਕ ਲਾਮ ਪਹਿਲੀ ਗੱਲ ਤਾਂ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਸੁਣਿਓ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਲਾਵਾਂ ਫੇਰੇ ਦੋਨੋਂ ਦੰਪਤੀ ਜੋੜੇ ਨੂੰ ਮੁੰਡੇ ਕੁੜੀ ਨੂੰ ਖੜਕੇ ਸੁਣਨੇ ਚਾਹੀਦੇ ਜਦੋਂ ਨਾਨਕ ਨਾਮ ਆਵੇ ਮੱਥਾ ਟੇਕੋ ਤਾਂ ਜਿਹੜਾ ਲੜਕਾ ਹੈ ਉਹ ਅੱਗੇ-ਅੱਗੇ ਤੇ ਬੀਬੀ ਪਿੱਛੇ-ਪਿੱਛੇ ਰਮਾ ਦੇ ਨਾਲ ਇਸੇ ਤਰ੍ਹਾਂ ਉਪਰਕਰਮਾ ਕਰਨ ਤੇ ਫਿਰ ਮੱਥਾ ਟੇਕ ਕੇ ਖੜੇ ਹੋ ਕੇ ਚਾਰ ਦੇ ਚਾਰ ਲਾਵਾ ਸੁਣ ਪਰ ਪ੍ਰੋਬਲਮ ਇੱਥੇ ਸਾਡੀ ਇਹ ਆ ਗਈ ਕਿ ਆਪਾਂ ਰਹਿਤ ਮਰਿਆਦਾ ਨੂੰ ਤਾਂ ਟਿੱਚ ਸਮਝਦੇ ਆ ਇਸ ਲਈ ਆਪਾਂ ਬਹਿ ਕੇ ਹੀ ਸੁਣਦੇ ਆ ਖੜੇ ਹੋ ਕੇ ਕਹਿ ਦੋ ਤੇ ਕਹਿੰਦੇ ਇਹ ਨਵਾਂ ਰਿਵਾਜ ਸ਼ੁਰੂ ਹੋ ਗਿਆ ਜਦ ਕਿ 1935 ਤੋਂ ਜਿਹੜੀ ਸਾਡੀ ਰਹਿਤ ਮਰਿਆਦਾ ਬਣੀ ਚਲੋ ਖਿਆ ਅਗਲੀ ਗੱਲ ਕਰਦਾ ਮੈਂ ਉੱਥੇ ਜਵਾਬ ਦਿੱਤਾ ਕਿ ਜਦੋਂ ਆਪਾਂ ਪ੍ਰਕਰਮਾ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਸਾਡਾ ਫੋਕਸ ਹੁੰਦਾ ਉਹ ਦੋਨੋਂ ਮੀਆਂ ਬੀਬੀ ਭਾਵ ਦੋਨੋਂ ਪਤੀ ਪਤਨੀ ਜਿਹੜੇ ਬਣ ਰਹੇ ਹੁੰਦੇ ਆ ਜਿਨ੍ਹਾਂ ਨੇ ਜ਼ਿੰਦਗੀ ਗਾਂ ਤੋੜਨੀ ਆਪਣੀ ਗ੍ਰਸਥ ਮਾਰਗ ਉਹ ਉਹਨਾਂ ਦੇ ਮਨ ਵਿੱਚ ਇਹ ਚੀਜ਼ ਹੋਵੇ ਕਿ ਅੱਜ ਤੋਂ ਬਾਅਦ ਸਾਡਾ ਫੋਕਸ ਗੁਰੂ ਗ੍ਰੰਥ ਸਾਹਿਬ ਹਣਾ ਗੁਰੂ ਗ੍ਰੰਥ ਸਾਹਿਬ ਸਾਡਾ ਫੋਕਸ ਹੈ ਅਸੀਂ ਜ਼ਿੰਦਗੀ ਪਰ ਬੇਸ਼ੱਕ ਜਿੱਦਾਂ ਮਰਜੀ ਘੁੰਮੀਏ ਜੋ ਮਰਜੀ ਕਰੀਏ ਪਰ ਗੁਰਬਾਣੀ ਨੂੰ ਫੋਕਸ ਰੱਖਾਂਗੇ ਗੁਰੂ ਦੀ ਗੱਲ ਨੂੰ ਫੋਕਸ ਕਰਾਂਗੇ ਤੇ ਜੇ ਫੋਕਸ ਸਾਡਾ ਗੁਰੂ ਗੁਰੂ ਦਾ ਸ਼ਬਦ ਹੋਏਗਾ ਜੀਿੰਦਗੀ ਜਿਹੜੀ ਐ ਕਦੇ ਵੀ ਸਾਡੀ ਜਿਹੜੀ ਉਹ ਮਾਰੇ ਪਾਸੇ ਨਹੀਂ ਜਾਏਗੀ ਸੋ ਪਿਆਰਿਓ ਇਹੀ ਗੱਲ ਗੁਰਬਾਣੀ ਸਾਨੂੰ ਬਾਰ-ਬਾਰ ਕਹਿੰਦੀ ਹਾਥ ਪਾਉ ਕਰ ਕੰਮ ਸਭ ਚੀਤ ਨਰੰਜਨ ਨਾਲ ਜ਼ਿੰਦਗੀ ਦੇ ਵਿੱਚ ਜੋ ਮਰਜੀ ਕਰੋ ਲੇਕਿਨ ਚੇਤ ਪ੍ਰਮਾਤਮਾ ਨਾਲ ਜੋੜ ਕੇ ਰੱਖੋ ਫੋਕਸ ਰੱਖੋ ਵਾਹਿਗੁਰੂ ਤੇ ਤਾਂ ਫਿਰ ਦੇਖਿਓ ਕਿ ਜ਼ਿੰਦਗੀ ਕਿੰਨੀ ਪਿਆਰੀ ਹੁੰਦੀ ਜਿਹੜਾ ਇਸ ਚੀਜ਼ ਨੂੰ ਤਾਂ ਪੱਕੀ ਨੇ ਆ ਕਿ ਵੇਖੋ ਗੁਰੂ ਸਾਹਿਬ ਨੇ ਇੱਕ ਵਾਰੀ ਸਿੱਖਾਂ ਨੂੰ ਕਿਹਾ ਕਿ ਜਿਹੜੇ ਸਿੱਖ ਮੇਰੇ ਬਾਹਰ ਪਹਿਰਾ ਦੇ ਰਹੇ ਸੀ ਤੰਬੂ ਦੇ ਬਾਹਰ ਉਹ ਉਹਨਾਂ ਦੀ ਹਾਜ਼ਰੀ ਨਹੀਂ ਲੱਗੀ ਉਹ ਗੈਰ ਹਾਜ਼ਰ ਜਿਹੜੇ ਬਾਹਰ ਗਏ ਸੀ ਮੇਲਾ ਵੇਖਣ ਵਾਸਤੇ ਉਹ ਹਾਜ਼ਰ ਉਹਨਾਂ ਨੇ ਪੁੱਛਿਆ ਵੀ ਕਿਉਂ ਤਾਂ ਗੁਰੂ ਸਾਹਿਬ ਨੇ ਕਿਹਾ ਤੁਸੀਂ ਪਹਿਰਾ ਦਿੰਦੇ ਸੀ ਤੁਹਾਡਾ ਚਿੱਤ ਤਾਂ ਉੱਥੇ ਸੀ ਮੇਲੇ ਵਿੱਚ ਤੇ ਜਿਹੜੇ ਮੇਲੇ ਵਿੱਚ ਗਏ ਸੀ ਉਹਨਾਂ ਦਾ ਚਿੱਤ ਇੱਥੇ ਸੀ ਕਿ ਗੁਰੂ ਸਾਹਿਬਾ ਜਿਹੜੇ ਉਹ ਜੇ ਜਾਗ ਪਏ ਤੇ ਪੁੱਛਣਗੇ ਵੀ ਸਿੱਖ ਕਿੱਥੇ ਐ ਤੇ ਕੀ ਦੱਸਾਂਗੇ ਗੁਰੂ ਤਾਂ ਵੈਸੇ ਅੰਤਰਜਾਮੀ ਜਾਣਦਾ ਹੀ ਹੈ ਪਰ ਸਾਡਾ ਭਲੇਖਾ ਹੁੰਦਾ ਵੀ ਸ਼ਾਇਦ ਗੁਰੂ ਨਹੀਂ ਜਾਣਦਾ ਸੋ ਪਿਆਰਿਓ ਫੋਕਸ ਕਰਨਾ ਬੜਾ ਜ਼ਰੂਰੀ। ਇਹ ਗੱਲਾਂ ਸਮਝਾਈਆਂ ਅੱਜ ਦੇ ਪਾਵਨ ਬਚਨਾਂ ਦੇ ਵਿੱਚ ਫਿਰ ਨਾਮਦੇਵ ਸਾਹਿਬ ਨੇ ਤਰਲੋਚਨ ਨੂੰ ਕਿਹਾ ਕਿ ਚਿੱਤ ਪ੍ਰਮਾਤਮਾ ਨਾਲ ਹੋਣਾ ਚਾਹੀਦਾ। ਕੰਮ ਕਰ ਹੱਥਾਂ ਦੇ ਨਾਲ ਕਰਨੇ ਕਰਨੇ ਨਕਮਾ ਹੋ ਕੇ ਨਹੀਂ ਬਹਿਣਾ। ਅਸਲ ਵਿੱਚ ਇਹ ਗੱਲ ਸਮਝਾਈ ਹੈ ਨਾ ਕਿ ਇਹ ਨਹੀਂ ਵੀ ਤਰਲੋਚਨ ਭਗਤ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ। ਸੋ ਅਗਲੀ ਗੱਲ ਕਬੀਰ ਸਾਹਿਬ ਦੀ ਇਸ ਗੱਲ ਨੂੰ ਖੋਲ ਕੇ ਗੁਰੂ ਅਰਜਨ ਸਾਹਿਬ ਨੇ ਫਿਰ ਸਮਝਾਇਆ। ਉਹਨਾਂ ਨੇ ਕਿਹਾ ਜਿਸ ਤਰ੍ਹਾਂ ਇਸ ਦੁਨੀਆ ਦੇ ਵਿੱਚ ਕੋਈ ਕਿਸੇ ਦਾ ਨਹੀਂ ਜਿਹੜਾ ਇਨਸਾਨ ਇਸ ਦੁਨੀਆ 'ਚ ਆਇਆ ਉਸ ਇਨਸਾਨ ਨੇ ਇਸ ਦੁਨੀਆ ਤੋਂ ਜਾਣਾ ਹੀ ਹੈ। ਨਾ ਆਪਾਂ ਕਿਸੇ ਨਾਲ ਬੱਜੇ ਰਹਿ ਸਕਦੇ ਆਂ, ਨਾ ਕੋਈ ਸਾਡੇ ਨਾਲ ਸਦਾ ਬੱਜਾ ਰਹਿ ਸਕਦਾ। ਇਸ ਲਈ ਜਿਸ ਇੱਕ ਨੇ ਸਾਡਾ ਹਮੇਸ਼ਾ ਹਮੇਸ਼ਾ ਸਾਥ ਦੇਣਾ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਣ ਜਿੱਥੇ ਲੇਖਾ ਮੰਗਿਆ ਤਿੱਥੇ ਖੜੇ ਦਿਸਣ ਸਾਨੂੰ ਉਹਦੇ ਨਾਲ ਜਿਹੜਾ ਆਪਣਾ ਚਿੱਤ ਹੈ ਆਪਣਾ ਮਾਈਂਡ ਹੈ ਉਹ ਜੋੜਨਾ ਚਾਹੀਦਾ ਨਹੀਂ ਤਾਂ ਸਾਡੀ ਹਾਲਤ ਪਤਾ ਕਿਦਾਂ ਦੀ ਹੋਣੀ ਸਾਡੀ ਹਾਲਤ ਉਸ ਔਰਤ ਵਰਗੀ ਹੋਣੀ ਜਿਹੜੀ ਕਿਸੇ ਦੇ ਘਰੋਂ ਆਟਾ ਪੀ ਕੇ ਲਿਾਈ ਹੋਈ ਲਿਾਈ ਹੋਵੇ ਤੇ ਬੜੇ ਚਾਅ ਨਾਲ ਆਟਾ ਚੁੱਕ ਕੇ ਲੈ ਕੇ ਆਈ ਹੋਵੇ ਤੇ ਰਸਤੇ ਵਿੱਚ ਹੋਵੇ ਚਿੱਕੜ ਬਹੁਤ ਜ਼ਿਆਦਾ ਉਹਦਾ ਪੈਰ ਪੂਰ ਕਿਤੇ ਫਿਸਲ ਜਾਏ ਆਪ ਤਣਾ ਮਕਾਦੀ ਡਿੱਗੇ ਵਿੱਚ ਹੀ ਆਟਾ ਡਿੱਗ ਪਏ ਉਹਦੀ ਕੀਤੀ ਹੋਈ ਮਿਹਨਤ ਵਿਕਾਰ ਕਿਸੇ ਕੰਮ ਨਹੀਂ ਹੋਣੀ ਠੀਕ ਹੈ ਜੀ ਲੇਕਿਨ ਉਹਦੇ ਪੱਲੇ ਉਹੀ ਚਾਰ ਦਾਣੇ ਪੈਂਦੇ ਆ ਜਿਹੜੇ ਦਾਣੇ ਉਹਨੇ ਪੀਂਦੇ ਚੱਕੀ ਪੀਂਦੇ ਵਕਤ ਕਦੇ ਮੂੰਹ ਚ ਪਾ ਕੇ ਚਬਲੇ ਹੋਣ ਉਹੀ ਪੱਲੇ ਪੈਂਦੇ ਬਾਕੀ ਸਾਰਾ ਆਟਾ ਚੱਕਰ ਚ ਲਲ ਜਾਂਦਾ ਇਸੇ ਤਰ੍ਹਾਂ ਹੀ ਗੁਰੂ ਸਾਹਿਬਾਨਾ ਨੇ ਕਿਹਾ ਕਿ ਪਿਆਰਿਓ ਅਸੀਂ ਰੋਜ਼ਾਨਾ ਹੀ ਧਰਮ ਕਰਮ ਕਰਦੇ ਆ ਰੋਜ਼ਾਨਾ ਹੀ ਸ਼ੋਪ ਕਰਦੇ ਆਪਾਂ ਗੁਰਬਾਣੀ ਪੜ੍ਹਦੇ ਆਪਾਂ ਸੇਵਾ ਕਰਦੇ ਆਪਾਂ ਗੁਰਦੁਆਰੇ ਮੰਦਰ ਮਸਜਿਦਾਂ ਜਾਨੇ ਲੇਕਿਨ ਉਹਦੇ باوجود ਵੀ ਗਲਤ ਕੰਮ ਕਰੀ ਜਾਂਦੇ ਆ ਤੇ ਸਾਡੀ ਹਾਲਤ ਵੀ ਉਸ ਆਟੇ ਵਰਗੀ ਹੋਣੀ ਆ ਜਿੰਨੀ ਮਰਜੀ ਮਿਹਨਤ ਕਰਕੇ ਉਹ ਆਟਾ ਅਸੀਂ ਕਮਾਇਆ ਹੋਵੇ ਲੇਕਿਨ ਚੱਕੜ 'ਚ ਦੇ ਕੇ ਸਾਰੇ ਖਤਮ ਹੋ ਜਾਂਦਾ ਸੋ ਪਿਆਰਿਓ ਜਿੰਨੀ ਮਰਜੀ ਧਾਰਮਿਕ ਬਣ ਕੇ ਮਿਹਨਤ ਕੀਤੀ ਹੋਵੇ ਲੇਕਿਨ ਜੇ ਅਸੀਂ ਸਾਡਾ ਪੈਰ ਫਿਸਲ ਗਿਆ ਨਾ ਇੱਕ ਵਾਰੀ ਤੇ ਕੁਝ ਨਹੀਂ ਪੱਲੇ ਪੈਣਾ ਸਭ ਕਰਮ ਧਰਮ ਆਟੇ ਵਾਂਗੂ ਖਿਲਰ ਜਾਣੇ ਆ ਖਤਮ ਹੋ ਜਾਣੇ ਨਹੀਂ ਕੁਝ ਨਹੀਂ ਪਲੇ ਪਣਾ ਗੁਰੂ ਗੁਰੂ ਸਾਹਿਬਾਨ ਨੇ ਤਾਂ ਵੇਖਿਆ ਜਿਵੇਂ ਕਬੀਰ ਸਾਹਿਬ ਨੇ ਤਾਂ ਵੇਖਿਆ ਵੀ ਮੈਂ ਰੋਜ਼ ਵੇਖਦਾ ਕਿ ਮੰਦਰਾਂ ਦੇ ਵਿੱਚ ਪੀੜਾਂ ਲੱਗੀਆਂ ਲੋਕਾਂ ਦੀਆਂ ਪੁਜਾਰੀ ਵੀ ਕੰਮ ਕਰ ਰਹੇ ਆਪਣੇ ਧਰਮ ਕਰਮ ਵੀ ਕਰ ਰਹੇ ਐ ਮਸਜਿਦ ਵਿੱਚ ਪੀੜਾਂ ਲੱਗੀਆਂ ਸਾਰੇ ਧਰਮ ਕਰਮ ਕਰਦੇ ਐ ਲੇਕਿਨ ਫਿਰ ਆ ਕੇ ਉਹ ਸਾਰਾ ਦਿਨ ਕੋਈ ਕਰਮ ਕਰਦੀ ਐ ਮਾੜੇ ਕੰਮ ਕਰਦੇ ਐ ਤੇ ਸ਼ੋਅ ਆਪ ਕੀ ਕਰੇ ਆਪਾਂ ਬੜੇ ਚੰਗੇ ਕੰਮ ਕਰੇ ਕਬੀਰ ਸਾਹਿਬ ਨੇ ਕਿਹਾ ਇਤਾਂ ਹੱਥ ਵਿੱਚ ਦੀਵਾ ਫੜ ਕੇ ਤਾਂ ਖੂਹ ਦੇ ਵਿੱਚ ਡਿੱਗਣ ਵਾਲੀ ਗੱਲ ਹੈ ਪਿਆਰਿਓ ਗੱਲ ਹੈ ਆਪਣੇ ਜੀਵਨ ਨੂੰ ਉੱਚਾ ਚੁੱਕਣ ਦੀ ਪਰ ਇੱਥੇ ਮਸਲਾ ਇਹ ਖੜਾ ਹੋ ਗਿਆ ਕਿ ਆਪਾਂ ਆਪਣਾ ਜਿਹੜਾ ਜੀਵਨ ਹੈ ਉਹ ਉੱਚਾ ਚੁੱਕਣਾ ਹੀ ਨਹੀਂ ਚਾਹੁੰਦੇ ਸੋ ਇਹ ਜਿਹੜੇ ਪੰਜ ਸ਼ਲੋਕ ਹੈ ਇਨ੍ਹਾਂ ਪੰਜਾਂ ਸ਼ਲੋਕਾਂ ਦੇ ਵਿੱਚ ਜੋ ਉਹਨਾਂ ਨੇ ਕਿਰਪਾ ਕੀਤੀ ਕਬੀਰ ਸਾਹਿਬ ਨੇ ਆਓ ਉਹਨਾਂ ਨੂੰ ਅਰਥ ਬਾਈ ਅਰਥ ਆਪਾਂ ਸਮਝਦੇ ਹਾਂ ਕਿਉਂਕਿ ਮੈਂ ਚੋਨਾ ਕੇ ਬੋਤਾ ਲੰਮਾ ਆਪਾਂ ਵੀਡੀਓ ਨੂੰ ਨਾਂ ਲੈ ਕੇ ਜਾਈਏ ਨਾਮਾ ਮਾਇਆ ਮੋਹਿਆ 212ਵਾਂ ਸ਼ਲੋਕ ਹੈ ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ ਨਾਮ ਦੇਵਤਾ ਕੰਮਕਾਰ ਦੇਖ ਕੇ ਨਾਮਾ ਜੀ ਜਿਹੜੇ ਸੀ ਉਹ ਉਹਨਾਂ ਨੂੰ ਲੋਕ ਜਾਤ ਦੇ ਸ਼ੀਂਬੇ ਕਹਿੰਦੇ ਹੁੰਦੇ ਸੀ ਤੇ ਜਿਹੜੇ ਜਿਹੜਾ ਉਹਨਾਂ ਦਾ ਨਿਤ ਦਾ ਕੰਮ ਸੀ ਕਾਰੋਬਾਰ ਸੀ ਜਿਹੜੇ ਉਹ ਆਪਣਾ ਰਜਾਈਆਂ ਰਜੂਈਆਂ ਜਿਹੜੇ ਸੀ ਉਹ ਨੰਗੰਦ ਦੇ ਹੁੰਦੇ ਸੀ ਜੋ ਕੱਪੜੇ-ਕੁੱਪੜੇ ਬੰਦੀ ਹੁੰਦੇ ਸੀ ਜੋ ਉਹਨਾਂ ਦਾ ਉਸ ਟਾਈਮ ਦਾ ਬਿਜ਼ਨਸ ਸੀ ਕੰਮ ਸੀ ਤੇ ਨਾਮਦੇਵ ਸਾਹਿਬ ਨੇ ਆਪਣੇ ਕੰਮ ਦੇ ਵਿੱਚ ਆਪਣੇ ਆਪ ਨੂੰ ਬਿਜੀ ਰੱਖਿਆ ਤੇ ਤਰਲੋਚਨ ਜੀ ਆਏ ਉਹਨਾਂ ਕੋਲ ਭਗਤ ਜੀ ਆ ਕੇ ਵੇਖਿਓ ਉਹਨੂੰ ਕਹਿੰਦੇ ਨੇ ਨਾਮਾ ਮਾਇਆ ਮੋਇਆ ਕਿ ਨਾਮਦੇਵ ਤੈਨੂੰ ਤਾਂ ਮਾਇਆ ਨੇ ਮੋਲਿਆ ਕਹਿ ਤਰਲੋਚਨ ਮੀਤ ਇਹ ਇਹ ਗੱਲ ਤਰਲੋਚਨ ਮਿੱਤਰ ਕਹਿ ਰਿਹਾ ਤੇਰਾ ਮਿੱਤਰ ਤੈਨੂੰ ਕਹਿ ਰਿਹਾ ਨਾਮਾ ਤੂੰ ਤਾਂ ਮਾਇਆ 'ਚ ਮਸਤ ਹੋਇਆ ਪਿਆ ਤੈਨੂੰ ਤਾਂ ਸੁਰਤ ਹੀ ਨਹੀਂ ਕਈ ਵਾਰ ਆਪਾਂ ਕਹਦੇ ਨੇ ਬੰਦਾ ਹੈ ਲੱਗਾ ਮਾਇਆ ਵਿੱਚ ਪਰ ਉਹ ਅਸਲ ਵਿੱਚ ਕਈ ਵਾਰੀ ਰੱਬ ਨਾਲ ਸੁਰਤ ਜੁੜਦੀ ਹੁੰਦੀ ਹੈ ਹੁੰਦੀ ਕਈਆਂ ਦੀ ਕੰਮਕਾਰ ਕਰਦੀ ਕਰਦੇ ਮਾਲਕ ਨਾਲ ਜੁੜੇ ਹੁੰਦੇ ਕਹਿੰਦੇ ਕਾਹੇ ਸ਼ੀਪੋ ਸ਼ਾਇਲ ਹੈ ਹੁਣ ਸਮਝਿਓ ਸ਼ੀਪੋ ਠੇਕ ਰਹੇ ਹੋ ਸ਼ਾਇਲ ਹੈ ਰਜਾਈਆਂ ਦੇ ਅੰਬੜੇ ਮਤਲਬ ਕੀ ਹੈ ਉਹ ਕਹਿੰਦੇ ਕਿਉਂ ਰਾਹ ਦਿਨ ਆ ਅਰਜਈਆਂ ਨੂੰ ਨਗੰਦ ਰਿਆਂ ਆਪਣਾ ਕੰਮ ਕਰੀ ਕਰੀ ਕਰ ਕਰੀ ਜਾ ਰਹਿਆਂ ਰਾਮਣਾ ਲਾਉ ਉਹ ਚੀਤ ਕਿਉਂ ਪਰਮਾਤਮਾ ਦੇ ਵਿੱਚ ਆਪਣਾ ਚਿਤ ਕਿਉਂ ਨਹੀਂ ਲਾਉਂਦਾ ਆਈਨਾ ਬਿਜੀ ਕਰ ਲਿਆ ਆਪਣੇ ਆਪ ਨੂੰ ਬਿジネス ਦੇ ਵਿੱਚ ਰੱਬ ਵਾਲ ਕਿਉਂ ਨਹੀਂ ਤੂੰ ਜੁੜਦਾ ਤੇ ਉੱਤੇ ਨਾਮਦੇਵ ਸਾਹਿਬ ਨੇ ਬੜੀ ਪੈਰੀ ਗੱਲ ਆਖੀ ਕਹਿੰਦੇ ਨਾਮਾ ਕਹਿ ਤਲੋਚਨਾ ਨਾਮਦੇਵ ਸਾਹਿਬ ਕਹਿੰਦੇ ਏ ਮੇਰੇ ਮਿੱਤਰ ਤਲੋਚਨ ਮੁਖ ਤੇ ਰਾਮ ਸਮਾਰ ਆਪਣੇ ਮੂੰਹ ਤੋਂ ਪ੍ਰਮਾਤਮਾ ਨੂੰ ਯਾਦ ਰੱਖੀਦਾ ਪ੍ਰਮਾਤਮਾ ਦਾ ਨਾਮ ਲੈ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਝਣ ਨਾਲ ਹੱਥ ਪੈਰਾਂ ਨਾਲ ਕੰਮ ਕਰ ਕਰ ਚਿੱਤ ਪ੍ਰਮਾਤਮਾ ਨਾਲ ਰੱਖ ਮਤਲਬ ਜ਼ਿੰਦਗੀ ਦੇ ਵਿੱਚ ਸਾਰੇ ਕੰਮ ਕਰ ਕਰੋ ਲੇਕਿਨ ਫੋਕਸ ਪ੍ਰਮਾਤਮਾ ਦੇ ਬਚਨ ਵੱਲ ਰੱਖੋ ਵਾਹਿਗੁਰੂ ਵਾਲ ਰੱਖੋ ਤੇ ਜਿਹੜਾ ਇਨਸਾਨ ਇਸ ਤਰ੍ਹਾਂ ਰਹਿੰਦਾ ਉਹਨੂੰ ਫਿਰ ਦੁਨਿਆਵੀ ਮਾਇਆ ਉਹਨੂੰ ਫਿਰ ਸੰਸਾਰ ਦੀਆਂ ਬਰਿਆਈਆਂ ਮਾਰੀਆਂ ਆਦਤਾਂ ਵਕਾਰ ਤੇ ਨਿਤ ਦੀਆਂ ਦੁਨਿਆਵੀ ਆਸਾਂ ਨੇੜੇ ਤੇੜੇ ਵੀ ਨਹੀਂ ਲੱਗਦੀਆਂ ਉਹ ਆਪਣਾ ਕੰਮ ਕਰ ਕਰਕੇ ਆਪਣੇ ਪ੍ਰੀਤਮ ਨੂੰ ਯਾਦ ਰੱਖਦਾ ਨਿਰੰਕਾਰ ਨੂੰ ਯਾਦ ਰੱਖਦਾ ਉਸ ਤੋਂ ਅੱਗੇ ਫਿਰ ਗੁਰੂ ਅਰਜਨ ਸਾਹਿਬ ਦਾ ਸ਼ਲੋਕ ਹੈ ਮਹਿਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾ ਕਹਿੰਦੇ ਨੇ ਜਦੋਂ ਅਸੀਂ ਪ੍ਰਮਾਤਮਾ ਨਾਲ ਚਿੱਤ ਜੋੜ ਕੇ ਰੱਖਦੇ ਆ ਨਾ ਫੋਕਸ ਵਾਹਿਗੁਰੂ ਦੇ ਨਾਮ ਵਿੱਚ ਕਰਦੇ ਆਂ ਫਿਰ ਇਹ ਗੱਲ ਸਮਝ ਆਉਂਦੀ ਕਿ ਨਾ ਕੋਈ ਸਾਡਾ ਸਦਾ ਦਾ ਸਾਥੀ ਇਸ ਦੁਨੀਆ 'ਚ ਹੈ ਅਤੇ ਨਾ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਆਂ ਜਿਵੇਂ ਬੇੜੀ ਹੁੰਦੀ ਨਾ ਨਦੀ ਤੋਂ ਪਾਰ ਲੰਘਾਉਂਦੀ ਹੈ ਉਹਦਾ ਇੱਕ ਪੂਰ ਲੰਘ ਜਾਂਦਾ ਫਿਰ ਵਿਛੜ ਜਾਂਦਾ ਸਦਾ ਕੋਈ ਨਹੀਂ ਮਿਲਦਾ ਰੇਲ 'ਚ ਗੱਡੀ 'ਚ ਵੀ ਨੇ ਜਹਾਜ਼ 'ਚ ਵੀ ਨੇ ਪਤਾ ਨਹੀਂ ਕਿੰਨੇ ਕੋ ਮਿਲਦੇ ਫਿਰ ਨਹੀਂ ਮਿਲਦੇ ਪਿਆਰੇ ਜ਼ਰੂਰੀ ਨਹੀਂ ਮਿਲਣੋ ਵਿਛੜ ਜਾਂਦੇ ਸਾਰੇ ਆਪ ਆਪਣੇ ਘਰਾਂ ਨੂੰ ਚਲ ਜਾਂਦੇ ਸੋ ਜ਼ਿੰਦਗੀ ਇਦਾਂ ਦੀ ਹੈ ਇਹ ਤਾਂ ਆਪਾਂ ਟ੍ਰੇਨ ਦਾ ਸਫ਼ਰ ਹੀ ਕਰ ਰਹੇ ਹਾਂ ਸਮਝ ਲਿਓ ਗੱਲਾਂ ਬਾਤਾਂ ਮਾਰੀਆਂ ਸਾਰੇ ਆਪ ਆਪਣੇ ਰਸਤੇ ਨੂੰ ਗਾਂ ਗਏ ਇਸੇ ਤਰ੍ਹਾਂ ਸੰਸਾਰ ਵਿੱਚ ਸਦਾ ਲਈ ਆਪਾਂ ਵਾਅਦਾ ਨਹੀਂ ਕਰ ਸਕਦੇ ਮੈਂ ਤੇਰੇ ਨਾਲ ਨਿਭੂਗਾ ਤੇ ਨਾ ਕੋਈ ਕਿਸੇ ਉਤੇ ਇਹ ਵਿਸ਼ਵਾਸ ਕੀਤਾ ਜਾ ਸਕਦਾ ਵੀ ਉਹ ਸਾਡੇ ਨਾਲ ਨਿਭੇਗਾ ਸੋ ਜ਼ਿੰਦਗੀ ਇਸ ਤਰ੍ਹਾਂ ਹੀ ਚਲਦੀ ਹੈ ਉਹ ਨਿਰੰਕਾਰ ਉਤੇ ਫੋਕਸ ਰੱਖੋ ਉਹਨੇ ਸਾਥ ਦੇਣਾ ਜਿਨੇ ਇਹ ਰਚਨ ਰਚਾਇਆ ਜਿਨੇ ਇਹ ਸਾਰੀ ਰਚਨਾ ਨੂੰ ਪੈਦਾ ਕੀਤਾ ਤਿਸ ਹੀ ਮਾਹੀ ਸਮਾਏ ਅਸੀਂ ਤਾਂ ਉਸ ਦੀ ਯਾਦ ਵਿੱਚ ਰਾਤ ਨੂੰ ਟਿਕੇ ਰਹਿੰਦੇ ਆ ਗੱਲ ਸਮਝਾਉਂਦੇ ਆ ਕਿ ਨਾਮਦੇਵ ਬਾਬਾ ਜੀ ਨੂੰ ਤਰਲੋਚਨ ਜੀ ਨੂੰ ਕਿ ਸਾਨੂੰ ਉਹਦੇ ਤੇ ਫੋਕਸ ਕਰਨਾ ਚਾਹੀਦਾ ਜਿਹੜਾ ਹਮੇਸ਼ਾ ਰਹਿਣਾ ਆ ਦੁਨਿਆਵੀ ਲੋਕਾਂ ਨੇ ਸਦਾ ਨਾਲ ਨਹੀਂ ਨਿਭਣਾ ਅਗਲੀ ਗੱਲ ਬੜੀ ਪਿਆਰੀ ਕਬੀਰੇ ਕੀਚੜ ਆਟਾ ਗਿਰ ਪਰਿਆ ਕਿਛੂ ਨਾ ਆਇਆ ਆਇਓ ਹੱਥ ਕਿ ਜਿਵੇਂ ਆਟਾ ਵਿਚਾਰੀ ਨੇ ਲਿਆਂਦਾ ਪੀ ਪੂ ਕੇ ਚਿੱਕੜ ਦੇ ਵਿੱਚ ਡਿੱਗ ਪਿਆ ਪਾ ਪੈਰਪੁਰ ਕਾ ਫਸਲਿਆ ਵਿਚਾਰੀ ਦਾ ਆਟਾ ਵੀ ਗਿਆ ਆਪ ਹੀ ਲਿਬੜ ਲੁਬੜ ਗਈ ਕਹਿੰਦੇ ਬਚਿਆ ਕੀ ਪੀਸ ਦਾ ਪੀਸ ਤੇ ਚਾਬਿਆ ਜਿਹੜਾ ਪਿੰਦਿਆਂ ਪੁੰਦਿਆਂ ਆਟੇ ਨੂੰ ਚੱਕੀ ਘੇੜਦੇ ਆ ਚਬ ਚੁਬ ਲਿਆ ਸੋਈ ਨਿਬਿਆ ਆਜ਼ਾਦ ਬਾ ਉਹੀ ਕੰਮ ਆਇਆ ਬਾਕੀ ਤੇ ਸਭ ਗਿਆ ਸਮਝੋ ਕਈ ਵਾਰ ਜ਼ਿੰਦਗੀ ਦੇ ਵਿੱਚ ਕੀਤੇ ਹੋਏ ਕਰਮ ਧਰਮ ਸਭ ਖਤਮ ਹੋ ਜਾਂਦੇ ਐ ਜਦੋਂ ਸਾਡਾ ਪੈਰ ਫਿਸਲ ਜਾਂਦਾ ਤੇ ਕੰਮ ਕੋਈ ਇੱਕ ਅੱਧਾ ਹੀ ਆਉਂਦਾ ਜਿਹਨੂੰ ਆਪਾਂ ਅੰਦਰ ਅਹ ਚਿੱਤ ਚਿੱਤ ਕੇ ਲੰਘਾਇਆ ਹੋਵੇ ਪੱਲੇ ਬੰਨ ਲਿਆ ਹੋਵੇ ਮੈਂ ਸ਼ੀਕ ਗਾਂਠੜੀ ਬੱਧਾ ਨਹੀਂ ਤਾਂ ਆਟੇ ਵਾਂਗੂ ਹੀ ਕਰਮ ਧਰਮ ਖਿੱਲਰ ਜਾਂਦੇ ਐ ਜ਼ਿੰਦਗੀ ਭਰ ਦੀ ਕੀਤੀ ਕਮਾਈ ਇੱਕ ਮਿੰਟ ਵਿੱਚ ਖਤਮ ਹੋ ਜਾਂਦੀ ਹੈ ਜ਼ਿੰਦਗੀ ਭਰ ਦਾ ਮਾਲ ਧਨ ਇੱਕ ਮਿੰਟ 'ਚ ਸੜ ਕੇ ਸੁਆਹ ਜਾਂਦਾ ਜ਼ਿੰਦਗੀ ਲਾ ਕੇ ਬਣਾਇਆ ਕਰ ਇੱਕ ਮਿੰਟ 'ਚ ਸੜ ਕੇ ਸੁਆਹ ਜਾਂਦਾ ਇਸੇ ਤਰ੍ਹਾਂ ਹੀ ਜ਼ਿੰਦਗੀ ਭਰ ਕਮਾਈ ਹੋਈ ਇੱਜ਼ਤ ਵੀ ਇੱਕ ਮਿੰਟ 'ਚ ਖਤਮ ਹੋ ਜਾਂਦੀ ਇਹ ਆਪਣੇ ਹੱਥ ਵਿੱਚ ਹੈ ਸੋ ਇਹ ਗੁਰਦੇਵ ਸਾਹਿਬ ਨੇ ਇਹ ਗੱਲ ਸਮਝਾਈ ਕਿ ਬੰਦਿਆ ਪੱਲੇ ਬੰਨੀ ਜ਼ਿੰਦਗੀ 'ਚ ਕਦੇ ਕੋਈ ਐਸਾ ਕੰਮ ਨਾ ਕਰੀ ਕਿ ਆਟੇ ਵਾਂਗੂ ਸਭ ਕੁਝ ਖਿਲਰ ਜਾਏ ਚਿੱਕੜ ਦੇ ਵਿੱਚ ਬਚਾ ਕੇ ਰੱਖੀ ਆਪਣੀ ਆਟੇ ਦੀ ਪੰਡ ਨੂੰ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹੜਾ ਸਾਡਾ ਮਨ ਹੈ ਇਸ ਸਭ ਕੁਝ ਜਾਣਦਾ ਹੁਣ ਗਲਪਲੇ ਬਣੇ ਹੋ ਕੀ ਕਿਹਾ ਉਹਨੇ ਕਿਹਾ ਵੀ ਜਿਹੜਾ ਬੰਦਾ ਜਿਹੜਾ ਮਨੁੱਖ ਹਰ ਰੋਜ਼ ਧਰਮ ਅਸਥਾਨ ਤੇ ਜਾ ਕੇ ਰੱਬ ਦਾ ਨਾਮ ਜਪੇ ਉਹਦੀ ਬੰਦਗੀ ਕਰੇ ਉਹਦੀ ਭਗਤੀ ਕਰੇ ਫਿਰ ਸਾਰਾ ਦਿਨ ਠੱਗੀ ਕਰੇ ਫਰੇਬ ਕਰੇ ਬੁਰਾ ਬੋਲੇ ਨਿੰਦਾ ਕਰੇ ਮਾੜਾ ਚੰਗਾ ਕੰਮ ਕਰੇ ਕਹਿੰਦੇ ਬੜੀ ਮਾੜੀ ਗੱਲ ਐ ਤਾਂ ਫਿਰ ਕਹਿੰਦੇ ਮਨ ਸਭ ਕੁਝ ਜਾਣਦਾ ਪਰ ਉਹ ਇਹ ਜਾਣਦਾ ਹੋਇਆ ਵੀ ਠੱਗੀ ਵਾਲਾ ਕੰਮ ਕਰੀ ਜਾਂਦਾ ਠੱਗੀ ਵਾਲੇ ਕੰਮ ਕਰੀ ਜਾਂਦਾ ਮਾੜੇ ਕੰਮ ਕਰੀ ਜਾਂਦਾ ਮਨ ਜਾਨੇ ਸਭ ਬਾਤ ਮਨ ਨੂੰ ਪਤਾ ਏ ਕੰਮ ਮੜੇ ਜਾਣਤ ਹੀ ਜਾਣਦੇ ਹੋ ਔਗਣ ਕਰੇ ਪੁੱਠੇ ਕੰਮ ਕਰਦਾ ਮੜੇ ਕੰਮ ਕਰਦਾ ਕਾਹੇ ਕੀ ਕੁਸਲਤ ਕਹਿੰਦੇ ਕਿਹੜੀ ਏ ਬਹਾਦਰੀ ਵੀ ਇਹ ਕਿਹੜੀ ਕੋਈ ਸਿਆਣਪ ਹੈ ਹੱਥ ਦੀਪ ਕੋਈ ਪਰ ਹੈ ਹੱਥ ਵਿੱਚ ਦੀਵਾ ਲੈ ਕੇ ਜਿਹੜਾ ਬੰਦਾ ਖੂਜੇ ਜਾ ਕੇ ਡਿੱਗ ਪਏ ਕੋਈ ਸਿਆਣਪ ਹੈ ਸੋ ਧਰਮ ਕਰਮ ਕਰਨਾ ਵਿਚਾਰ ਗੁਰੂ ਦੀ ਕਰਨੀ ਇਹ ਹੱਥ ਵਿੱਚ ਦੀਵਾ ਫੜਨ ਵਾਲੀ ਗੱਲ ਹੈ ਸੋ ਦੀਵਾ ਫੜ ਕੇ ਵੀ ਜਿਹੜਾ ਖੂਜੇ ਜਾ ਕੇ ਡਿੱਗੇ ਤੇ ਉਹਨੂੰ ਆਪਾਂ ਸਿਆਣਾ ਨਹੀਂ ਕਹਾਂਗੇ ਸੋ ਬਾਣੀ ਪੜੋ ਗੁਰੂ ਸਹਿਬਾਨਾਂ ਦੀ ਮੁਤਾਬਕ ਤਰੋ ਲੇਕਿਨ ਅੰਧਕਾਰ ਖੂਚਿ ਨ ਡਿੱਗੋ ਮਾੜੇ ਕੰਮ ਨਾ ਕਰੋ ਬਾਣੀ ਪੜ ਕੇ ਵੀ ਗੁੱਸਾ ਨਾ ਕਰੋ ਬਾਣੀ ਪੜ ਕੇ ਵੀ ਕਿਸੇ ਨੂੰ ਗਾਲਾਂ ਨਾ ਕੱਢੋ ਬਾਣੀ ਪੜਨ ਪੜ ਕੇ ਵੀ ਮਾੜੇ ਕੰਮ ਨਾ ਕਰੋ ਚੋਰੀਆਂ ਠੱਗੀਆਂ ਨਾ ਕਰੋ ਪੱਠੇ ਕੰਮ ਨਾ ਕਰੋ ਇਦਾਂ ਆਪਾਂ ਖੂਚੇ ਡਿੱਗਾਂਗੇ ਸੋ ਮੇਰੇ ਖਿਆਲ ਚ ਗੱਲ ਸਮਝ ਆ ਗਈ ਹੋਏਗੀ ਸੋ ਸਤਗੁਰੂ ਨੇ ਦਇਆ ਕੀਤੀ ਹੈ 43 ਨੰਬਰ ਵੀਡੀਓ ਕੰਪਲੀਟ ਹੋਈ ਤੇ ਆਪਾਂ ਵਿਚਾਰ 216 ਨੰਬਰ ਸ਼ਲੋਕਾਂ ਤੱਕ ਕੰਪਲੀਟ ਕੀਤੀ ਹੈ ਮਾਲਕ ਨਹੀਂ ਗਾਵੀ ਇਹ ਸੇਵਾ ਕਰਾਉਣੀ ਹੈ ਅਰਦਾਸ ਹੀ ਕਰਿਓ ਕਿ ਸੇਵਾ ਵਾਹਿਗੁਰੂ ਲੈਂਦਾ ਰਹੇ ਮੈਂ ਪਿਛਲੀ ਵੀਡੀਓ ਚ ਵੀ ਬੇਨਤੀ ਕੀਤੀ ਸਹਿਜ ਪਾਠ ਆਰੰਭ ਕੀਤਾ ਹੈ ਆਪਾਂ ਉਹ ਸਹਿਜ ਪਾਠ ਸਾਹਿਬ ਜਿਹੜਾ ਚੱਲ ਰਿਹਾ ਸੱਚ ਦੀ ਬਾਤ ਤੇ ਇੱਕ ਵੱਖਰਾ ਉਹਦੇ ਲਈ ਆਪਾਂ ਪਲੇਲਿਸਟ ਵੀ ਬਣਾਈ ਹੋਈ ਹੈ ਸਹਿਜ ਪਾਠ ਭਾਈ ਲਖਵਿੰਦਰ ਸਿੰਘ ਗੰਭੀਰ ਦੇ ਨਾਮ ਤੋਂ ਸੋ ਸਹਿਜ ਪਾਠ ਰੋਜ਼ਾਨਾ ਸੁਨਿਆ ਕਰੋ 13 14 ਅੰਗ ਆਪਾਂ ਰੋਜ਼ਾਨਾ ਕਰਦੇ ਆਂ ਸਹਿਜ ਪਾਠ ਦੇ ਨਾਲ ਵੀ ਜੁੜੋ ਤੁਹਾਨੂੰ ਬਹੁਤ ਕੁਝ ਸਿੱਖ ਨੂੰ ਨਵਾਂ ਗੁਰਬਾਣੀ ਵਿੱਚੋਂ ਮਿਲੇਗਾ ਆਖੋ ਜੀ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ